दीपक जी शुरू करते हैं। डीसीआं नूं अक्सर अंदर भेत हुंदे आ वी की होण वाला है, किवें होण वाला आ। अगली जिहड़ी खबर आ कुछ इस तरीके दी आ, कहिंदे वी डीसी दी घरवाली ने 1 करोड़ दे खा ले सरकारी अमरूद। दस्सिओ जी की इस पिछे माजरा सारा। हाँ बिल्कुल जी, तुहाडी गल दुरुस्त है कि पंजाब दे विच इक जिहड़ा लैंड माफिया है वह कम करता रहा ते वह कम तीन कड़ियां नाल हुंदा रहा कि चाहे वह प्रॉपर्टी डीलर ने, चाहे उहदे विच अफसर अधिकारी ने, चाहे उहदे विच वड्डे राजनीतिक लीडर ने, उस इन्हां दी मिल के खेड चलती रही है लंबे समय तो। जी ते उहदे विच इस तरह करते हैं कि जिस एरिया दे विच पता है कि इस जमीन की एक्वायर होनी है, जां इत्थे कोई रोड बनना, जां इत्थों कोई प्रोजेक्ट निकलना, जां कुछ इत्थे कोई वड्डी कोई योजनावां दे तहत कुछ बनाया जाना सरकारी, तां उह जमीना अक्सर अपने चहेते प्रॉपर्टी डीलरां राहीं खरीद लैंदे ने, जां उहनां दे नामां ते खरीद लैंदे ने, जां अपने जिथे ज्यादा ही भरोसा ना होवे उत्थे बेभरोसगी, उत्थे अपने फिर घर वालियां दे रिश्तेदारां दे नाम दे उत्ते अफसर मंत्री संतरी लीडर जमीना खरीद लैंदे ने। इहो जिहा वरतारा एक बार फिर उस समय सामने आया जदों लगभग 2016 तो लैके 2020 तक के दरम्यान का मामला है, मतलब बादलों के राज तो कैप्टन के राज तक के दौर दीआं गल्लां ने जी। इस दरम्यान गवांडा ने कुछ जमीना एक्वायर करनियां सी ते गवांडा च लगे अधिकारियों ने कुछ प्रॉपर्टी डीलर नाल मिल के वह जमीना अपनियां घरवालियां दे जां प्रॉपर्टी डीलर दे जां उहनां दे नामां ते चक लईआं जिथे जिथे जमीन एक्वायर होनी सी। हुण इक तां पहली तो ਖਦੜੀ ਤਾਂ ਇਹੀ ਹੁੰਦੀ ਆ ਕਿ ਠੀਕ ਹੈ ਜ਼ਮੀਨ ਆਪਣੇ ਨਾਂ ਕਰਾ ਲਈ ਤਾਂ ਕਿ ਜਦੋਂ ਸਰਕਾਰੀ ਖਰੀਦ ਹੋਣੀ ਆ ਤਾਂ ਉਹਦੇ ਵਿੱਚ ਤੁਹਾਨੂੰ ਮੁਆਵਜ਼ਾ ਵੱਡਾ ਮਿਲ ਜਾਣਾ, ਉਹਦਾ ਮੁੱਲ ਵੱਧ ਕੇ ਮਿਲ ਜਾਣਾ। ਇੱਕ ਤਾਂ ਇੱਥੇ ਤੱਕ ਧੋਖਾਧੜੀ ਆ, ਪਰ ਉਹ ਤੋਂ ਗਾਹਾਂ ਦੀ ਧੋਖਾਧੜੀ ਵੀ ਸੋਚੀ, ਕਿਉਂਕਿ ਜੇਕਰ ਜ਼ਮੀਨ ਦੇ ਉੱਤੇ ਬਾਗ ਲੱਗਿਆ ਹੋਵੇ ਤਦ ਉਹ 20 ਸਾਲ 25 ਸਾਲ ਉਹਦਾ ਮੰਨਿਆ ਜਾਂਦਾ ਕਿ ਹਾਂ ਜੀ ਇੱਕ ਬੂਟੇ ਨੇ 25 ਸਾਲ ਫਲ ਦੇਣੇ ਆ, ਤੇ ਜੇ 4 ਸਾਲ ਦਾ ਬੂਟਾ ਲੱਗਿਆ ਤਾਂ ਤੁਹਾਨੂੰ 20-21 ਸਾਲ ਦਾ ਹੋਰ ਅਗਲੇ ਸਾਲ ਦੇ ਮੁਆਵਜ਼ਾ ਮਿਲ ਜਾਂਦਾ ਕਿ ਹਾਂ ਪ੍ਰਤੀ ਬੂਟਾ ਨੇ ਇੰਨਾ ਫਲ ਦੇਣਾ ਸੀ, ਇਸ ਲਈ ਇੰਨੇ ਦਾ ਨੁਕਸਾਨ ਇਹ ਹੋ ਗਿਆ, ਜ਼ਮੀਨ ਦਾ ਮੁੱਲ ਵੱਖਰਾ ਜੀ ਤੁਹਾਡਾ। ਸੋ ਉਸ ਤਰ੍ਹਾਂ ਉਹਨਾਂ ਨੂੰ 25 ਸਾਲ ਦਾ ਇੱਕ ਤਰ੍ਹਾਂ ਨਾਲ ਮੁਆਵਜ਼ਾ ਮਿਲਣਾ, ਤੋ ਇਸ ਲਈ ਇਹ ਇੱਕ ਜਦੋਂ ਗਵਾਂਢਾਂ ਨੇ ਜ਼ਮੀਨ ਐਕਵਾਇਰ ਕਰਨੀਆਂ ਸੀ ਉਸ ਮਾਮਲੇ ਦੇ ਵਿੱਚ ਫਿਰੋਜ਼ਪੁਰ ਦੇ ਡੀਸੀ ਰਹੇ ਨੇ ਰਜੇਸ਼ ਧੀਮਾਨ, ਉਹਨਾਂ ਨੇ ਆਪਣੀ ਘਰਵਾਲੀ ਦੇ ਨਾਂ ਦੇ ਉੱਤੇ ਜਸਬੀਨ ਕੌਰ ਦੇ ਨਾਂ ਦੇ ਉੱਤੇ ਜ਼ਮੀਨ ਖਰੀਦ ਲਈ। ਉਹ ਜ਼ਮੀਨ ਜਿਹੜੀ ਗਵਾਂਢਾਂ ਨੇ ਐਕਵਾਇਰ ਕਰਨੀ ਰਾਹੀਂ 1,17,56,000 ਦੇ ਮਰੂਦ ਛਕੇ, ਮਤਲਬ ਮਰੂਦਾਂ ਦੇ ਬਾਗ ਦਾ ਮੁਆਵਜ਼ਾ ਡੀਸੀ ਦੀ ਘਰ ਵਾਲੀ ਨੇ 1,17,00,000 ਜਦ ਵਸੂਲ ਕੀਤਾ ਜੀ। ਹੁਣ ਇਹ ਕੀਤਾ ਕੀ, ਇਹ ਤੁਸੀਂ ਹੈਰਾਨੀ ਵਾਲੀ ਗੱਲ ਹੈ ਕਿ ਉਹਨਾਂ ਨੇ ਕੀ ਕੀਤਾ, ਉਸ ਜ਼ਮੀਨ ਦੇ ਉੱਤੇ ਜਿਹੜੇ ਬਾਗ ਸੀ ਉਹ ਦਿਖਾ ਦਿੱਤਾ ਮਰੂਦਾਂ ਦਾ। ਉਹਨਾਂ ਨੂੰ ਪਤਾ ਕਿ ਮਰੂਦ ਦਾ ਬੂਟਾ ਬਹੁਤ ਛੇਤੀ ਵੱਧਦਾ, ਬੜੀ ਛੇਤੀ ਵੱਡਾ ਹੁੰਦਾ, ਤੇ ਉਹਨਾਂ ਨੇ ਪਹਿਲਾਂ ਹੀ 2-2-3-3 ਸਾਲੇ ਬੂਟੇ ਖਰੀਦ। ਹੁਣ ਇੱਕ ਕ੍ਰਾਈਟੀਰੀਆ ਬਣਿਆ ਹੋਇਆ ਸਾਡੇ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਹੈ ਜਿਵੇਂ ਲੁਧਿਆਣਾ ਯੂਨੀਵਰਸਿਟੀ ਹੈ ਜਾਂ ਹਨਾ ਉਹਨਾਂ ਦੇ ਵੱਲ ਇੱਕ ਨਿਯਮ ਹੈ ਕਿ ਜੇਕਰ ਕਿਸੇ 1 ਏਕੜ ਦੇ ਵਿੱਚ 1 ਕਿੱਲੇ ਦੇ ਵਿੱਚ ਤੁਸੀਂ ਬਾਗ ਲਾਉਣਾ ਤਾਂ ਉੱਥੇ ਭਾਈ 130-135 ਬੂਟੇ ਲਾ ਸਕਦੇ, ਐਵਰੇਜ 132 ਬੂਟੇ ਲੱਗਦੇ ਆ ਕਹਿੰਦੇ। ਇੱਥੇ ਜਨਾਬ ਨੇ 2-2 ਹਜ਼ਾਰ ਬੂਟਾ ਲਵਾਤਾ ਤਾਂ ਕਿ ਪ੍ਰਤੀ ਬੂਟਾ ਮੁਆਵਜ਼ਾ ਵੱਧ ਆਵੇ। ਸੋ ਇਸ ਲਈ ਇਹ ਸਾਰੀ ਖੇਡ ਦੇ ਵਿੱਚ 50 ਕਰੋੜ ਤੋਂ ਉੱਪਰ ਦਾ ਮੁਆਵਜ਼ਾ ਵੀ ਕਈ ਤਰ੍ਹਾਂ ਮਤਲਬ ਹੜੱਪ ਗਈਆਂ। ਡੀਸੀ ਦੀ ਘਰ ਵਾਲੀ ਤਾਂ ਲੈ ਗਈ ਸਿੱਧੀ 1 ਕਰੋੜ 1 ਕਰੋੜ, ਪਰ ਉਹ ਤੋਂ ਬਿਨਾਂ ਬਾਕੀ ਕੁੱਲ ਮਿਲਾ ਕੇ ਵੀ 50 ਕਰੋੜ ਤੋਂ ਉੱਪਰ ਗਿਆ। ਪ੍ਰੋਪਰਟੀ ਡੀਲਰਾਂ ਦੇ ਰਾਹੀਂ ਜਿਹੜਾ ਮੁਆਵਜ਼ਾ ਹੜੱਪਿਆ ਗਿਆ ਸਾਰਾ ਕੁਛ ਲਿਆ ਗਿਆ 24 ਕਰੋੜ ਦਾ ਮੁਆਵਜ਼ਾ ਉਹ। ਸੋ ਇਸ ਲਈ ਇਹ ਬਾਕਰਪੁਰ ਖੇਤਰ ਦਾ ਮਾਮਲਾ ਹੈ ਜਿੱਥੇ ਦਾ ਇੱਕ ਪ੍ਰੋਪਰਟੀ ਡੀਲਰ ਆ ਭੁਪਿੰਦਰ ਸਿੰਘ, ਉਹਨੇ ਗਵਾਂਢਾਂ ਨਾਲ ਮਿਲ ਕੇ ਇਹਨਾਂ ਸਾਰਿਆਂ ਨੂੰ, ਕਿਉਂਕਿ ਇਹ ਜ਼ਰੂਰੀ ਨਹੀਂ ਗਾ ਕਿ ਉਹ ਪ੍ਰੋਪਰਟੀ ਡੀਲਰ ਦੀ ਜੇਬ ਚ ਗਿਆ ਹੋਵੇ, ਉਹਦੇ ਰਾਹੀਂ ਕਿੰਨੇ ਰਾਜਨੀਤਿਕ ਧਿਰਾਂ ਨੂੰ ਮਿਲਿਆ ਹੋਣਾ, ਕਿੰਨੇ ਅਫਸਰਾਂ ਨੂੰ ਮਿਲਿਆ ਹੋਣਾ। ਸੋ ਇਹ ਪੂਰਾ ਮਾਮਲਾ ਜੀ ਜਿਹੜਾ ਮਤਲਬ ਕਿ ਬਾਕਰਪੁਰ ਖੇਤਰ ਦਾ ਹੈ, ਉਸ ਇਲਾਕੇ ਦੇ ਵਿੱਚ ਜ਼ਮੀਨਾਂ ਐਕਵਾਇਰ ਕੀਤੀਆਂ 2016 ਤੋਂ 2020 ਦੇ ਵਿੱਚ, ਬਾਅਦ ਚੋਂ ਜਦੋਂ ਸਰਕਾਰਾਂ ਨੇ ਐਕਵਾਇਰ ਕੀਤੀਆਂ ਤਾਂ ਉਹਦੇ ਨਾਂ ਦੇ ਉੱਤੇ ਫਿਰ ਉਹਨਾਂ ਨੇ ਉਸਨੂੰ ਬਾਗ ਦਿਖਾ ਕੇ ਉਹਦੀ ਇਨਕੁਆਇਰੀ ਕਰਾਈ ਤੇ ਉਹਦੇ ਵਿੱਚੋਂ ਪਾਸ ਹੋ ਗਏ। ਅਗਲੇ 20 ਸਾਲਾਂ ਦੇ ਹਵਾਲੇ ਨਾਲ ਉਹਨਾਂ ਦਾ ਜਿਹੜਾ ਕਰੋੜਾਂ ਦਾ ਮੁਆਵਜ਼ਾ ਬਣਦਾ ਸੀ ਉਹ ਵਸੂਲਿਆ। ਰਜੇਸ਼ ਦੀ ਪਤਨੀ ਜਸਮੀਨ ਕੌਰ ਦੇ ਨਾਂ ਦੇ ਉੱਤੇ 1,17,56,000 ਦਾ ਮੁਆਵਜ਼ਾ ਆਇਆ। ਇਸੇ ਤਰ੍ਹਾਂ ਜਿਹੜਾ ਪ੍ਰੋਪਰਟੀ ਡੀਲਰ ਆ ਉਸਦੇ ਨਾਂ ਦੇ ਉੱਤੇ ਵੀ 2016 ਤੋਂ ਆਪਣੀ ਜ਼ਮੀਨ ਉਹਨੇ ਅਮਰੂਦਾਂ ਦੇ ਬਾਗਾਂ ਦੇ ਰੂਪ ਚ ਦਿਖਾਈ ਤੇ ਉਹਨੇ ਤੇ ਉਹਦੇ ਪਰਿਵਾਰ ਦੇ ਮੈਂਬਰਾਂ ਨੇ 24 ਕਰੋੜ ਵਸੂਲਿਆ। ਇੰਜੇ ਕੁੱਲ ਕਹਿੰਦੇ ਜੀ 50 ਕਰੋੜ ਤੋਂ ਵੱਧ ਦੀ ਵਸੂਲੀ ਕੱਗੇ ਚੰਡੀਗੜ੍ਹ ਮੋਹਾਲੀ ਹੁਣ ਇਹਨਾਂ ਖੇਤਰਾਂ ਚ ਉਹਨਾਂ ਦੇ ਨੇੜਲੇ ਰਿਸ਼ਤੇਦਾਰਾਂ ਦੇ ਘਰਾਂ ਚ ਸਾਰੇ ਕਿਤੇ ਛਾਪੇਮਾਰੀ ਜਾਰੀ ਆ। ਉਹ ਛਾਪੇਮਾਰੀ ਚੱਲ ਰਹੀ ਆ ਤਾਂ ਕਿ ਮਤਲਬ ਕਿ ਇਹ ਸਾਰਾ ਸਾਹਮਣੇ ਆ ਸਕੇ। 6 ਟੀਮਾਂ ਬਣਾਈਆਂ ਗਈਆਂ ਨੇ ਜਿਹਨਾਂ ਦੇ ਵਿੱਚੋਂ ਸ਼ੁੱਕਰਵਾਰ ਨੂੰ ਚੰਡੀਗੜ੍ਹ ਚ ਵੀ, ਬਠਿੰਡੇ ਚ ਵੀ, ਹੁਸ਼ਿਆਰਪੁਰ ਚ ਵੀ, ਮੋਹਾਲੀ ਚ ਵੀ, ਇਹਨਾਂ ਕਈ ਥਾਵਾਂ ਤੇ ਛਾਪੇਮਾਰੀ ਹੋਈ ਤੇ ਦੱਸਿਆ ਜਾ ਰਿਹਾ ਕਿ ਇਸ ਮਾਮਲੇ ਦੇ ਵਿੱਚ
ਬਾਗਬਾਨੀ ਵਿਭਾਗ ਹੈ ਜਿਹੜਾ ਉਹਦੇ ਕਰਮਚਾਰੀਆਂ ਦੇ ਘਰਾਂ ਤੇ ਵੀ ਟੀਮਾਂ ਨੇ ਛਾਪੇ ਮਾਰੇ ਨੇ ਤੇ ਹੁਣ ਤੱਕ 7 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਤੇ ਹੋਰ ਦੀ ਗ੍ਰਿਫ਼ਤਾਰੀ ਹੋਣ ਦੀ ਸੰਭਾਵਨਾ ਹੈ। ਇਸ ਲਈ ਸਰਕਾਰੀ ਅਮਰੂਦ ਜਾਤਾ ਬੜੇ ਸਵਾਦ ਲੱਗੇ ਹੋਣੇ ਕਿ ਹਾਂ ਭਾਈ 1 ਕਰੋੜ ਦੇ ਸਰਕਾਰੀ ਅਮਰੂਦ ਛੱਕ ਲਏ, ਪਰ ਹੁਣ ਪਤਾ ਲੱਗ ਰਿਹਾ ਹੋਣਾ ਜਦੋਂ ਬੀਜ ਨਿਕਲਣੇ ਆਓ ਜੀ। ਜੀ ਜੀ ਸੋ ਦੇਖੋ ਕੀ ਬਣਦਾ ਆ, ਪਰ ਇਹਨਾਂ ਨੇ ਰਾਹ ਬੜੇ ਜਿਹੜੇ ਹੋਏ ਬਣਾਏ ਹੁੰਦੇ ਆ ਬਿਊਰੋਕਰੇਸੀ ਚ ਰਹਿੰਦੇ ਹੋਏ, ਕੀ ਕੁਛ ਜਿਹੜਾ ਆ ਉਹ ਇੱਥੇ ਇੱਥੇ ਪੰਜਾਬ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਟਿੱਬੇ ਤੱਕ ਕਿਵੇਂ ਖਰੀਦ ਰਹੇ, ਰੇਤ ਦੀਆਂ ਖੱਡਾਂ ਦੇ ਮਾਮਲੇ ਚ ਕਿਵੇਂ ਖੱਡਾਂ ਦੀ ਖਰੀਦ ਹੁੰਦੀ ਰਹੀ, ਇੱਥੇ ਰਸੋਈਆਂ ਦੇ ਨਾਮ ਦੇ ਉੱਤੇ ਖੱਡਾਂ ਅਲਾਟ ਹੋਣ ਵਾਲੇ ਮਾਮਲੇ ਸਭ ਦੇ ਧਿਆਨ ਚ ਨੇ। ਸੋ ਆਹ ਨੂਰਪੁਰ ਬੇਦੀ ਵਾਲੀ ਬੈਲਟ, ਗੜਸ਼ੰਕਰ ਵਾਲੀ ਬੈਲਟ, ਇਹ ਸਾਰੀ ਅੱਜ ਕੱਲ ਵਿਵਾਦਾਂ ਚ ਇਸੇ ਲਈ ਹੈ ਕਿਉਂਕਿ ਮੰਨਿਆ ਜਾ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਇਹ ਖਰੀਦੋ ਫੋਖਤ ਹੋ ਰਹੀ ਹੈ ਕਿ ਹਾਂ ਭਾਈ ਉੱਥੇ ਜ਼ਮੀਨਾਂ ਪਹਿਲਾਂ ਤੋਂ ਹੀ ਕਈ ਮੰਤਰੀਆਂ ਸੰਤਰੀਆਂ ਅਧਿਕਾਰੀਆਂ ਦੀਆਂ ਦਮ ਭਰੀ ਅਸੀਂ ਇਨਕੁਆਇਰੀ ਇਮਾਨਦਾਰੀ ਨਾਲ ਕਰਾਵਾਂਗੇ ਤੇ ਉਸ ਨਾਤੇ ਜਿਹੜੇ ਵੀ ਪਿਛਲੀਆਂ ਸਰਕਾਰਾਂ ਦੇ ਚਾਹੇ ਅਕਾਲੀਆਂ ਦੇ ਮੰਤਰੀ ਨੇ ਅਧਿਕਾਰੀ ਨੂੰ ਸਾਰੇ ਫੜੇ ਜਾਣਗੇ ਵਖਾਣਗੇ ਨੀ, ਪਰ ਇਹਨਾਂ ਦੇ ਆਪਣੇ ਸਾਹਮਣੇ ਆ ਜਾਣ ਉਹ ਜੀ।